ਵਿੱਚ ਲੁੱਟਾਖੋਆ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਪਰ ਪੁਲਿਸ ਵੀ ਇਹਨਾਂ ਲੁੱਟਾਖੋਆ ਕਰਨ ਵਾਲਿਆਂ ਨੂੰ ਆਖਿਰ ਕਾਬੂ ਕਰ ਹੀ ਲੈਂਦੀ ਹੈ। ਇੱਕ ਅਜਿਹਾ ਹੀ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਲੁੱਟਾਖੋਆ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਆਰੋਪੀਆਂ ਤੋਂ 30 ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਤੇ ਮਾਰੂ ਹਥਿਆਰ ਵੀ ਬਰਾਮਦ ਕੀਤੇ ਨੇ। ਫੜੇ ਗਏ ਆਰੋਪੀਆਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਫਿਲਹਾਲ ਫੜੇ ਗਏ ਆਰੋਪੀਆਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਪੁਲਿਸ ਵੱਲੋਂ ਸਨੈਚਿੰਗ ਦੇ ਇੰਸੀਡੈਂਟ ਸਬੰਧਤ ਬਾਅਦ ਇੱਕ ਸਪੈਸ਼ਲ ਇੱਕ ਮੁਹਿੰਮ ਚਲਾਈ ਗਈ ਹੈ ਕੱਲ੍ਹ, ਜਿਹਦੇ ਵਿੱਚ CIA 2 ਦੀ ਟੀਮ ਨੇ ਇੱਕ ਬੜੀ ਅਹਿਮ ਪ੍ਰਾਪਤੀ ਹਾਸਿਲ ਕੀਤੀ ਹੈ, ਕਾਮਯਾਬੀ ਹਾਸਿਲ ਕੀਤੀ ਹੈ। ਗੈਂਗ ਅਰੈਸਟ ਕੀਤਾ ਹੈ 3 ਬੰਦਿਆਂ ਦਾ ਗੈਂਗ, ਕਹਿੰਦੇ ਇਹਨਾਂ ਤੋਂ 30 ਮੋਬਾਈਲ ਫੋਨ ਜੋ ਕਿ ਸ਼ਹਿਰ ਦੀਆਂ ਅਲੱਗ ਅਲੱਗ ਲੋਕੇਸ਼ਨ 'ਚੋਂ ਮਹਾਵੀਰ ਕਲੋਨੀ, ਟਿੱਬਾ ਨਗਰ, ਟਿੱਬਾ ਰੋਡ, ਤਾਜਪੁਰ ਰੋਡ, ਕੱਕਾ ਰੋਡ, ਇਹਨਾਂ ਏਰੀਆ ਦੇ ਵਿੱਚ ਜਿੱਥੇ ਜਿੱਥੇ ਵਾਰਦਾਤਾਂ ਹੋਈਆਂ ਸੀ ਉੱਥੇ ਖੋਹ ਦੀਆਂ ਮੋਬਾਈਲ ਫੋਨ ਦੀਆਂ ਵਾਰਦਾਤਾਂ ਸੀ। ਇਹ 30 ਮੋਬਾਈਲ ਰਿਕਵਰ ਕੀਤੇ ਗਏ ਨੇ। ਇਹਨਾਂ ਦੇ ਵਿੱਚ 3 ਦੋਸ਼ੀ ਇਨਵੋਲਵ ਸੀਗੇ, ਇੱਕ ਵਿਵੇਕ ਔਰ ਇੱਕ ਅਜੇ ਕੁਮਾਰ ਔਰ ਇੱਕ ਸੋਨੂ। ਇਹਨਾਂ ਵਿੱਚ ਵਿਵੇਕ ਇਹਨਾਂ ਦਾ ਲੀਡਰ ਸੀ, ਜਿਹੜਾ ਵੱਡਾ ਉਮਰ 'ਚ ਵੀ ਵੱਡਾ ਹੈ ਔਰ ਪਹਿਲਾਂ ਕਿਤੇ ਸਿਕਿਉਰਟੀ ਗਾਰਡ ਦਾ ਕੰਮ ਕਰ ਰਿਹਾ, ਹੁਣੇ ਕੋਈ ਕੰਮ ਨਹੀਂ ਸੀ ਕਰਦਾ। ਇਹਦੇ ਖਿਲਾਫ਼ ਪਹਿਲਾਂ ਤੋਂ ਹੀ 6 ਮੁਕੱਦਮੇ ਦਰਜ ਨੇ ਔਰ ਇੱਕ ਮੁਕੱਦਮੇ 'ਚ PO ਡਿਕਲੇਅਰ ਕੀਤਾ ਜਾ ਚੁੱਕਾ ਹੈ। ਔਰ ਕੱਲ੍ਹ CIA 2 ਦੀ ਟੀਮ ਨੇ ਬੜਾ ਇੱਕ ਅਹਿਮ ਪ੍ਰਾਪਤੀ ਕਾਮਯਾਬੀ ਹਾਸਿਲ ਕੀਤੀ, ਇਹਨੂੰ ਅਰੈਸਟ ਕਰਕੇ ਔਰ ਇਹਦੇ 'ਚੋਂ ਇਹਨਾਂ ਤੋਂ 30 ਮੋਬਾਈਲ ਇਹਨਾਂ ਤੋਂ ਰਿਕਵਰ ਹੋਏ ਨੇ। ਅੱਗੇ ਹੋਰ ਵੀ ਅਜੇ ਤਫਤੀਸ਼ ਜਾਰੀ ਹੈ, ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਅਸੀਂ ਹੋਰ ਵੀ ਇਹ ਜਿੱਥੇ ਵੀ ਅੱਗੇ ਕਿਤੇ ਮੋਬਾਈਲ ਵੇਚਦੇ ਸੀ ਜਾਂ ਉੱਥੋਂ ਹੋਰ ਵੀ ਰਿਕਵਰੀਆਂ ਹੋਣਗੀਆਂ ਸਾਨੂੰ ਉਮੀਦ ਹੈ। ਥੈਂਕ ਯੂ। ਇਹ ਜਿਹੜਾ ਵਿਵੇਕ ਹੈ ਪਿੱਛੋਂ ਦਾ ਪਿਛੋਕੜ UP ਦਾ, ਪਰ ਇਹ ਬੌਰਨ ਇਹਦਾ ਜੰਪ ਵਾਲੇ ਜਨਮ ਇਹਦਾ ਪੰਜਾਬ ਦਾ ਹੀ ਹੈ ਅਤੇ ਦੂਸਰੇ ਪੰਜਾਬੀ ਨੇ, ਉਹ ਇੱਕ ਨੀਲੋਂ ਦਾ ਸਮਰਾਲੇ ਡਿਸਟ੍ਰਿਕਟ ਕੋਲ ਰਹਿਣ ਦਾ, ਨੀਲੋਂ ਦਾ ਰਹਿਣ ਵਾਲਾ, ਇਹ ਦੂਸਰਾ ਵੀ ਪੰਜਾਬੀ ਹੈ ਲੜਕਾ, ਅਤੇ ਇਹ ਰੈਂਟਡ ਨੇ। ਔਰ ਇਹਨਾਂ 'ਚੋਂ ਇੱਕ ਬੰਦਾ ਤਾਂ ਜਿਹੜਾ ਸੋਨੂ ਹੈ, ਇੱਕ ਹੌਜਰੀ ਦੀ ਉਹਦੇ ਫੈਕਟਰੀ 'ਚ ਫਲੈਟ ਮਸ਼ੀਨ 'ਤੇ ਕੰਮ ਕਰਦਾ। ਵਿਵੇਕ ਹੁਣ ਕੋਈ ਕੰਮ ਨਹੀਂ ਸੀ ਕਰਦਾ, ਇਹਨੂੰ ਫਰਵਰੀ ਮਹੀਨੇ 'ਚ 2019 'ਚ PO ਡਿਕਲੇਅਰ ਕੀਤਾ ਗਿਆ ਸੀ ਕੋਰਟ ਵੱਲੋਂ 382 ਦੇ ਕੇਸ 'ਚ। ਉਸ ਤੋਂ ਬਾਅਦ ਇਹਨੇ ਕੋਈ ਕੰਮ ਨਹੀਂ ਕਰਦਾ, ਇਹ ਚੈੱਕ ਕਰ ਲਾਂਗੇ ਅਸੀਂ, ਇਹ ਚੈੱਕ ਕਰ ਰਹੇ ਹਾਂ। ਇਹ ਪਿਛਲੇ ਕੁਛ ਮਹੀਨਿਆਂ ਤੋਂ 4-5 ਮਹੀਨਿਆਂ ਤੋਂ ਇਹ ਵਾਰਦਾਤਾਂ ਕਰ ਰਹੇ ਨੇ, ਜਦੋਂ ਤੋਂ ਇੱਕ ਦੂਸਰੇ ਦੇ ਕੰਟੈਕਟ 'ਚ ਆਏ ਨੇ, ਇਹ ਇਹਨਾਂ ਵਾਰਦਾਤਾਂ ਅੰਜਾਮ ਦੇ ਰਹੇ ਨੇ। ਨਹੀਂ, ਹਾਲੇ ਤੱਕ ਜੋ ਫਿਕਰ ਹੋਇਆ ਲੁਧਿਆਣੇ ਦੇ ਜਿਹੜੇ ਮੈਂ ਏਰੀਏ ਦੱਸਿਆ, ਮਹਾਵੀਰ ਕਲੋਨੀ, ਟਿੱਬਾ ਰੋਡ, ਕੱਕਾ ਰੋਡ, ਤਾਜਪੁਰ ਰੋਡ, ਇਹਨਾਂ ਏਰੀਏ 'ਚ ਇਹਨਾਂ ਨੇ ਮੋਸਟਲੀ ਸਟ੍ਰਾਈਕ ਕੀਤਾ। ਇਹਨਾਂ ਨੇ ਮੋਸਟਲੀ ਇੱਕ ਤਾਂ ਕੱਲਾ ਕੱਲਾ ਦੇਖ ਕੇ ਖੋਲ੍ਹਣਾ, ਮੋਬਾਈਲ ਫੋਨ ਖੋਲ੍ਹਣਾ, ਕਈਆਂ ਨੂੰ ਇਹਨਾਂ ਨੇ ਇਹਨਾਂ ਤੋਂ ਕੋਈ ਹਥਿਆਰ ਦਾਤਰ ਵੀ ਰਿਕਵਰ ਹੋਇਆ, ਦਾਤ ਦਿਖਾ ਕੇ ਡਰਾ ਕੇ ਵੀ ਇਹਨਾਂ ਵੈਪਨ ਦਿਖਾ ਕੇ ਵੀ ਖੋਲ੍ਹਦੇ ਸੀਗੇ। ਇਹ ਤਫਤੀਸ਼ ਦੇਖਾਂਗੇ, ਅਗਰ ਹੋਰ ਵੀ ਸਾਹਮਣੇ ਆਇਆ ਤਾਂ ਉਹਨੂੰ ਵੀ ਜਲਦੀ ਅਰੈਸਟ ਕੀਤਾ ਜਾਵੇ। ਥੈਂਕ ਯੂ। ਇਹ ਤਾਂ ਅਸੀਂ ਨਿਗਰਾਨੀ ਰੱਖਦੇ ਹਾਂ, ਚੈੱਕ ਕਰਾਂਗੇ, ਅਗਰ ਕੋਈ ਦੁਬਾਰਾ ਵੀ ਕਰੇਗਾ ਉਹਨੂੰ ਫਿਰ ਅਰੈਸਟ ਕਰੇਗਾ। ਇਹਦੇ 'ਚ ਹੁਣ ਘੱਟ ਚਾਂਸ, ਇਹਨੂੰ 379B ਸੈਕਸ਼ਨ ਹੈ, ਕਾਫੀ ਸਟ੍ਰਿੰਜੈਂਟ, ਕਾਫੀ ਸਖਤ ਸੈਕਸ਼ਨ ਹੈ, ਇਹਦੇ 'ਚ ਇੰਨੀ ਜਲਦੀ ਬੇਲ ਹੋਣ ਦੀ ਕੋਈ ਚਾਂਸਿਸ ਨਹੀਂ ਹੈ, ਇਹਨਾਂ ਦੇ ਐਕਸ਼ਨ ਹੋਏਗਾ ਲੀਗਲ, ਇੰਨੀ ਜਲਦੀ ਬਾਹਰ ਨਹੀਂ ਆਉਣਗੇ। ਥੈਂਕ ਯੂ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।